ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ 'ਚ ਅਸੀਂ ਗੱਲਬਾਤ ਕਰਾਂਗੇ ਰਮਨ ਸੱਗੂ ਨਾਲ, ਜਿਹੜੇ ਸਾਡੇ ਮਹਿਮਾਨ ਹਨ। ਇਹਨਾਂ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ 17 ਅਪ੍ਰੈਲ ਨੂੰ, ਜਿਹੜਾ ਕਿ ਬੱਚੇ ਜਿਨ੍ਹਾਂ ਨੂੰ ਆਟਿਜ਼ਮ ਹੈ ਉਹਨਾਂ ਵਾਸਤੇ ਫੰਡ ਰੇਜ਼ਿੰਗ ਕੀਤੀ ਜਾਏਗੀ। ਅਤੇ ਨਾਲ ਹੀ ਇੱਕ ਸੰਸਥਾ ਇਹਨਾਂ ਨੇ ਕਾਇਮ ਕੀਤੀ ਜਿਸ ਵਿੱਚ ਕਿ ਉਹ ਬੱਚੇ ਜਿਨ੍ਹਾਂ ਨੂੰ ਆਟਿਜ਼ਮ ਹੈ ਉਹਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਰਮਨ ਸੱਗੂ ਤੋਂ। ਜੈ ਹਨ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਫੋਰ ਹੈਵਿੰਗ ਮੀ। ਥੈਂਕ ਯੂ ਸਰ। ਰਮਨ, ਥੋੜ੍ਹਾ ਜਿਹਾ ਤੁਸੀਂ ਕਿਵੇਂ ਇਨਵੋਲਵ ਹੋਏ, ਇਹ ਕਿਵੇਂ ਮਨ ਵਿੱਚ ਆਇਆ ਕਿ ਆਟਿਜ਼ਮ ਦੇ ਬੱਚੇ ਜਿਹੜੇ ਹੈਗੇ ਨੇ ਸ਼ਿਕਾਰ ਹੋਏ, ਉਹਨਾਂ ਨਾਲ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ? ਹਾਂਜੀ, ਮੈਂ ਆਲਮੋਸਟ 20 ਸਾਲ ਹੋ ਗਏ ਇਸ ਬੱਚਿਆਂ ਨਾਲ ਕੰਮ ਕਰਦੇ ਨੂੰ। ਮੇਰਾ ਬਹੁਤ ਸੀਗਾ, ਮੇਰੇ ਐਚ ਵੇ ਇਹ ਬੱਚਿਆਂ ਨਾਲ ਕੰਮ ਕਰਾਂ। ਸੋ ਮੈਂ ਅਕੈਡਮੀ ਖੋਲ੍ਹੀ ਸੀਗੀ 2008 ਵਿੱਚ, ਪੈਸੀਫਿਕ ABA ਅਕੈਡਮੀ। ਤਾਂ ਉਹਦੇ ਵਿੱਚ ਅਸੀਂ ਸਾਰਾ ਅਪਲਾਈਡ ਬਿਹੇਵੀਅਰ ਐਨਾਲਿਸਿਸ ਥੈਰੇਪੀ ਅਰਲੀ ਇੰਟਰਵੈਂਸ਼ਨ ਇਹ ਬੱਚਿਆਂ ਨਾਲ ਕਰਦੇ ਹਾਂ। ਰਾਈਟ। ਹਾਂਜੀ, ਜਦੋਂ ਅਪਲਾਈਡ ਬਿਹੇਵੀਅਰ ਐਨਾਲਿਸਿਸ ਦੀ ਤੁਸੀਂ ਗੱਲ ਕੀਤੀ, ABA, ਆਟਿਜ਼ਮ ਆਮ ਜੇ ਅਸੀਂ ਗੱਲ ਕਰੀਏ ਤਾਂ ਹੁੰਦਾ ਕੀ ਹੈ? ਜੇਕਰ ਜਸਟ ਫੋਰ ਅ ਲੇਮੈਨ ਅਸੀਂ ਗੱਲ ਕਰਨੀ ਹੋਏ ਤਾਂ ਕੀ ਇਹਦੇ ਕੀ ਸਿੰਪਟਮਸ ਕੀ ਨੇ, ਕੀ ਇੰਡੀਕੇਸ਼ਨਸ ਕੀ ਹੈਗੀਆਂ? ਸ਼ੋਰ। ਇਹ ਦਿਮਾਗ ਦੇ ਵਿੱਚ ਕਮਜ਼ੋਰੀ ਹੁੰਦੀ ਆ, ਇਹ ਅਸੀਂ ਕਹਿੰਦੇ ਨੇ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਆ। ਸੋਸ਼ਲ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਇਫੈਕਟ ਪੈਂਦਾ ਆ ਬੱਚਿਆਂ ਨੂੰ। ਸੋ ਇਹ ਤਿੰਨ ਜਗ੍ਹਾ ਦੇ ਵਿੱਚ ਇਹ ਸਿੰਪਟਮਸ ਆ ਜਾਂਦੇ ਨੇ। ਸੋ ਪਹਿਲੀ ਜਗ੍ਹਾ ਹੈਗੀ ਆ ਅਸੀਂ ਕਹਿੰਦੇ ਨੇ ਕਮਿਊਨੀਕੇਸ਼ਨ। ਸੋ ਲੈਂਗੁਏਜ ਜੋ ਬੋਲਣ ਦੀ ਸਮਝਣ ਦੀ ਉਹ ਡਿਲੇ ਹੁੰਦੇ ਨੇ ਬੱਚੇ। ਦੂਜੀ ਏਰੀਆ ਹੈਗੀ ਸੋਸ਼ਲ ਇੰਟਰੈਕਸ਼ਨ। ਸੋ ਬੱਚਿਆਂ ਦੇ ਨਾਲ ਇਹ ਖੇਲਦੇ ਨਹੀਂ, ਰਲ ਮਿਲਦੇ ਨਹੀਂ ਹੈਗੇ, ਅੱਖ ਮਿਲਾ ਕੇ ਗੱਲ ਨਹੀਂ ਕਰ ਸਕਦੇ ਜਿੱਦਾਂ ਅਸੀਂ ਕਰਦੇ ਹਾਂ ਹੁਣ। ਅਤੇ ਫਿਰ ਤੀਜੀ ਏਰੀਆ ਹੈਗੀ ਪ੍ਰੋਬਲਮ ਬਿਹੇਵੀਅਰਸ। ਸੋ ਉਹਦੇ ਵਿੱਚ ਹੈਗਾ ਵੀ ਜਿਹੜੇ ਬਿਹੇਵੀਅਰਸ ਹੋ ਜਾਂਦੇ ਨੇ, ਟੈਂਟਰਮਿੰਗ, ਅਗਰੈਸ਼ਨ, ਆਪ ਨੂੰ ਘੋਟਦੇ ਨੇ, ਆਪ ਦੂਜਿਆਂ ਨੂੰ ਮਾਰਦੇ ਨੇ, ਜਿਹੜੇ ਹੱਥ ਪੈਰ ਦੇ ਕੰਮ ਨੇ ਉਹ ਹੋਰ ਤਰ੍ਹਾਂ ਚਲਾਉਂਦੇ ਨੇ। ਤਾਂ ਜਦੋਂ ਇੱਕ ਵਾਰੀ ਕੁਛ ਚੀਜ਼ ਸਿੱਖ ਜਾਂਦੇ ਨੇ ਇਹ ਫਲੈਕਸੀਬਲ ਨਹੀਂ ਹੁੰਦੇ ਵੀ ਹੋਰ ਕਿਸੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਮਝਾ ਨਹੀਂ ਸਕਦੇ। ਓਕੇ, ਤੁਹਾਡਾ ਕਹਿੰਦੇ ਬ੍ਰੇਨ ਬਾਡੀ ਜਿਹੜੀ ਸਿੰਕਰਨਾਈਜੇਸ਼ਨ ਹੈ ਉਹ ਪੂਰੀ ਨਹੀਂ ਹੁੰਦੀ। ਹਾਂਜੀ। ਓਕੇ, ਇਹਦਾ ਕੋਈ ਰਿਸਰਚ ਵਿੱਚੋਂ ਪਤਾ ਲੱਗਦਾ ਇਹਦੇ ਕਾਰਨ ਕੀ ਹੈਗੇ ਨੇ? ਰਿਸਰਚ ਹਜੇ ਤੱਕ ਸ਼ੋ ਨਹੀਂ ਕੀਤਾ ਵੀ ਕਾਜ਼ ਕੀ ਆ ਜਾਂ ਕਿਉਰ ਕੀ ਆ। ਇਸ ਟਾਈਮ 'ਤੇ ਕੋਈ ਕਾਜ਼ ਨਹੀਂ, ਕੋਈ ਕਿਉਰ ਨਹੀਂ ਹੈਗਾ। ਜਿਹੜੀ ਅਪਲਾਈਡ ਬਿਹੇਵੀਅਰ ਐਨਾਲਿਸਿਸ ਹੈਗੀ ਆ ਇਹ ਟ੍ਰੀਟਮੈਂਟ ਹੈਗੀ ਆ। ਓਕੇ। ਹਾਂਜੀ, ਪਰ ਇਹ ਕਿਉਰ ਨਹੀਂ ਹੈਗੀ। ਓਕੇ, ਸੋ ਤੁਸੀਂ ਜਿਵੇਂ 2008 ਤੋਂ ਇਨਵੋਲਵ ਹੋਏ ਹੈਗੇ ਹੋ ਤਾਂ ਤੁਸੀਂ ਕਰ ਰਹੇ ਹੋ, ਵਾਜ਼ ਦਰ ਐਨੀ ਪਰਸਨਲ ਰੀਜ਼ਨ ਜਿਹੜਾ ਤੁਸੀਂ ਇਨਵੋਲਵ ਹੋਏ ਤਾਂ ਉਸ ਤੋਂ ਬਾਅਦ ਤੁਸੀਂ ਸੋਚਿਆ ਕਿ ਇੱਕ ਅਵਾਰਡ ਸ਼ੁਰੂ ਕਰੀਏ ਅਤੇ ਇਹ ਬੱਚਿਆਂ ਨੂੰ ਸਨਮਾਨਿਤ ਕਰੀਏ? ਹਾਂਜੀ, ਜਦ ਹੀ ਮੈਂ ਕੰਮ ਕਰਦੀ ਸੀਗੀ ਸਾਰੀ ਜਿੱਦਾਂ ਦੁਨੀਆ ਦੇ ਵਿੱਚ ਸਾਰੇ ਲੋਕ ਇਹ ਸੋਚਦੇ ਨੇ ਵੀ ਇਹ ਡਿਸੇਬਿਲਿਟੀ ਆ, ਪਰ ਅਸੀਂ ਸੋਚਦੇ ਵੀ ਮੈਂ ਹਸਬੈਂਡ ਬਾਬੀ ਸਗੋਂ ਅਸੀਂ ਬਹੁਤ ਦੇਖਿਆ ਵੀ ਇਹ ਬੱਚੇ ਬਹੁਤ ਵਧੀਆ ਕੰਮ ਕਰ ਸਕਦੇ ਅਤੇ ਬਹੁਤ ਟੈਲੈਂਟ ਹੈਗੇ ਇਹਨਾਂ ਕੋਲ। ਸੋ ਉਹ ਅਸੀਂ ਹਾਈਲਾਈਟ ਕਰਨਾ ਸੀ, ਅਸੀਂ ਇਹ ਚੇਂਜ ਕਰਨਾ ਸੀਗਾ ਵਿਊ ਵੀ ਇਹ ਡਿਸੇਬਿਲਿਟੀ ਨਹੀਂ ਹੈਗੀ, ਇਹ ਅਬਿਲਿਟੀ ਆ। ਸੋ ਤਾਂ ਕਰਕੇ ਅਸੀਂ ਇਹ ਵਰਡ ਸ਼ੁਰੂ ਕੀਤੇ ਸੀਗੇ ਡਿਫਰੈਂਟ ਕੈਟੇਗੋਰੀਜ਼ ਵਿੱਚ। ਰਾਈਟ। ਹਾਂਜੀ, ਸੋ ਇਹ 2 ਸਾਲ ਹੋ ਗਏ ਤੁਹਾਨੂੰ ਕਰਦੇ ਹੋਏ, ਇਹ ਤੁਹਾਡਾ ਹੁਣ 3rd ਸਾਲ ਹੋਏਗਾ। ਹਾਂਜੀ। ਓਕੇ, ਸੋ ਇਹਦੇ ਵਿੱਚ ਤੁਸੀਂ ਕਿਹੜੇ ਏਜ ਔਨਵਰਡਸ ਬੱਚਿਆਂ ਨੂੰ ਤੁਸੀਂ ਰੈਕਗਨਾਈਜ਼ ਕਰਦੇ ਹੋ ਅਤੇ ਕਿਹੜੇ ਕ੍ਰਾਈਟੀਰੀਆ ਕੀ ਹੈ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਅਵਾਰਡਸ ਦਿੰਦੇ ਹੈਗੇ? ਸੋ ਯੂਸ਼ਲੀ ਡਾਇਗਨੋਸਿਸ 2 ਸਾਲ ਦੇ ਹੁੰਦੇ ਨੇ ਬੱਚੇ। ਸੋ ਅਸੀਂ ਲਿਖਿਆ ਹੋਇਆ ਵੀ 2 ਸਾਲ ਤੋਂ ਲੈ ਕੇ 18 ਸਾਲ ਤੱਕ ਜਿਹੜੇ ਬੱਚੇ ਹੈਗੇ ਨੇ ਜਿਹਨਾਂ ਕੋਲ ਸਪੈਸ਼ਲ ਟੈਲੈਂਟ ਹੋਊਗਾ। ਸੋ ਐਕੇਡੈਮਿਕਸ ਦੇ ਵਿੱਚ ਕਈ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਨੇ, ਸਪੈਸ਼ਲੀ ਮੈਥ ਜਾਂ ਸਾਇੰਸ, ਸਪੋਰਟਸ ਦੇ ਵਿੱਚ। ਹੁਣ ਸਪੋਰਟਸ ਜਿਹੜੇ ਆ ਬੱਚਿਆਂ ਨੂੰ ਬਹੁਤ ਔਖੇ ਹੁੰਦੇ ਨੇ, ਜਿਹੜੇ ਗ੍ਰੋਸ ਮੋਟਰ ਡਿਲੇ ਹੁੰਦੇ ਨੇ ਉਹ ਔਖੇ ਹੁੰਦੇ ਨੇ, ਅਤੇ ਸੋਸ਼ਲ ਜਿਹੜਾ ਪੀਸ ਹੁੰਦਾ ਸਪੋਰਟਸ ਦਾ ਉਹ ਵੀ ਔਖਾ। ਸੋ ਜਦੋਂ ਇਹ ਬੱਚੇ ਸਪੋਰਟਸ ਦੇ ਵਿੱਚ ਐਕਸੈਲ ਹੁੰਦੇ ਨੇ ਉਹ ਜ਼ਰੂਰ ਹਾਈਲਾਈਟ ਕਰਨਾ ਚਾਹੀਦਾ ਆ। ਸੋ ਦੇਅਰ ਇਜ਼ ਐਕੇਡੈਮਿਕ, ਸਪੋਰਟਸ, ਫਿਰ ਹੋਰ ਕੈਟੇਗੋਰੀਜ਼ ਹੈਗੀਆਂ ਨੇ ਲਾਈਕ ਟੈਕਨੋਲੋਜੀ, ਲਾਈਕ ਕੰਪਿਊਟਰਸ, ਫੋਟੋਗ੍ਰਾਫੀ, ਡਾਂਸ, ਆਰਟ, ਆਰਟ, ਆਲ ਆਫ ਦੈਟ। ਰਮਨ, ਤੁਹਾਡਾ ਜਿਹੜਾ ਇੰਨਾ ਐਕਸਪੀਰੀਅੰਸ ਹੈਗਾ, ਕੀ ਜੇ ਅਸੀਂ ਕਹੀਏ ਕਿ ਕੀ ਇਹ ਜੈਨੇਟਿਕਲੀ ਇਹ ਇਸ਼ੂਜ਼ ਆਉਂਦੇ ਨੇ ਬੱਚਿਆਂ ਵਿੱਚ ਜਾਂ ਇਨਵਾਇਰਮੈਂਟ ਜਿਹੜਾ ਹੈ ਜੰਮਣ ਤੋਂ ਬਾਅਦ, ਇਹ ਕੀ ਹੈ, ਥੋੜ੍ਹਾ ਬਹੁਤਾ ਕੀ ਇਸ ਦੇ ਉੱਤੇ ਕੁਛ ਚਾਨਣ ਪਾ ਸਕਦੇ? ਹਾਂਜੀ, ਸਾਇੰਟੀਫਿਕ ਰਿਸਰਚ ਹੁਣ ਸ਼ੋਅ ਕਰਦੀ ਆ ਵੀ ਜੈਨੇਟਿਕ ਲਿੰਕ ਹੈਗਾ ਆ। ਸੋ ਇਹ ਫੈਮਲੀ ਦੇ ਵਿੱਚ ਕੋਈ ਪ੍ਰੋਬਲਮ ਆ, ਨਾਟ ਨੈਸੈਸਰੀਲੀ ਆਟਿਜ਼ਮ, ਪਰ ਕੋਈ ਜੈਨੇਟਿਕ ਐਬਨੋਰਮੈਲਿਟੀ ਹੈਗੀ ਆ। ਤਾਂ ਹੁਣ ਰਿਸਰਚ ਉਹ ਵੀ ਕਰਦੀ ਆ ਵੀ ਸ਼ਾਇਦ ਕੋਈ ਇਨਵਾਇਰਮੈਂਟਲ ਟੌਕਸਿਨਸ ਵੀ ਹੋਣਗੇ ਜਿਹੜੇ ਅਸੀਂ ਅੰਦਰੋਂ ਐਡਜਸਟ ਕਰਦੇ ਹਾਂ, ਪਰ ਹਜੇ ਤੱਕ ਕੋਈ ਡੈਫੀਨੇਟ
ਪਤਾ ਨਹੀਂ ਲੱਗਦਾ ਵੀ ਇਹ ਕਿਉਂ ਹੁੰਦੀ ਆ ਤੇ ਕਿਉਂ ਵੱਧਦੀ ਆ। ਓਕੇ, ਸੋ ਹੁਣ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਦੇ ਹੋ, ਤੁਸੀਂ ਪਹਿਲਾਂ ਨੋਮੀਨੇਸ਼ਨ ਵਾਸਤੇ ਅਵਾਰਡਸ ਲਈ ਤੁਸੀਂ ਓਪਨ ਕਾਲ ਕਰਦੇ ਹੋ, ਫਿਰ ਲੋਕ ਤੁਹਾਡੇ ਨਾਲ ਸੰਪਰਕ ਕਰਦੇ ਨੇ। ਹੁਣ ਇਸ ਵਾਰ 17 ਅਪ੍ਰੈਲ ਨੂੰ ਤੁਹਾਡਾ ਜਿਹੜਾ ਪ੍ਰੋਗਰਾਮ ਹੋ ਰਿਹਾ, ਉਸ ਮਤਲਬ ਥੋੜ੍ਹਾ ਜਿਹਾ ਦੱਸੋ ਕਿ ਇਹਦੇ ਵਿੱਚ ਕੀ ਕੁਝ ਹੋਏਗਾ। ਸਰ, ਅਸੀਂ ਐਂਜਲਸ ਫਾਰ ਆਟਿਜ਼ਮ ਪੈਨਲ ਸ਼ੁਰੂ ਕੀਤਾ ਸੀਗਾ। ਸਾਡੇ 6 ਬੋਰਡ ਮੈਂਬਰਸ ਹੈਗੇ ਨੇ, ਤਾਂ ਅਸੀਂ ਵਰ ਪੇਰੈਂਟਸ ਐਂਡ ਪ੍ਰੋਫੈਸ਼ਨਲਸ, ਤਾਂ ਅਸੀਂ ਇਹ ਸ਼ੁਰੂ ਕੀਤਾ ਸੀਗਾ ਵੀ ਜਿਹੜੀ ਫੰਡਿੰਗ ਆ ਗਵਰਨਮੈਂਟ ਦੀ ਉਹ ਜ਼ਿਆਦਾ ਨਹੀਂ ਦਿੰਦੇ ਹੈਗੇ ਪੈਸੇ, ਸੋ ਅਸੀਂ ਫੈਮਲੀਜ਼ ਨੂੰ ਮਦਦ ਕਰਦੇ ਹਾਂ ਵੀ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਆ, ਪਜ਼ਲਸ, ਬੁੱਕਸ, ਗੇਮਸ, ਆਈਪੈਡਸ, ਇੱਦਾਂ ਦੀਆਂ ਚੀਜ਼ਾਂ, ਤੁਸੀਂ ਫਿਰ ਸਾਡੇ ਕੋਲੋਂ ਅਪਲਾਈ ਕਰ ਸਕਦੇ ਹਾਂ। ਸੋ ਇਹ ਮਨੀ ਜਿਹੜੀ ਹੈ ਸਾਰੇ ਬੱਚਿਆਂ ਨੂੰ ਜਾਂਦੀ ਆ ਅਤੇ ਸਾਰੀ ਫੈਮਲੀਜ਼ ਨੂੰ ਜਾਂਦੀ ਆ। ਹਾਂਜੀ, ਸੋ ਇਹ 17 ਅਪ੍ਰੈਲ ਨੂੰ ਹੋਗਾ ਕ੍ਰਾਊਨ ਪੈਲਸ 'ਤੇ, ਤਾਂ ਇੱਥੇ ਕਾਫੀ ਕੁਛ ਜਿੱਦਾਂ ਫੰਡ ਰੇਜ਼ਿੰਗ ਦੀ ਐਕਟੀਵਿਟੀਜ਼ ਹੋਣਗੀਆਂ, ਸੋ ਇਲ ਬੀ 50-50 ਸਾਇਲੈਂਟ ਆਕਸ਼ਨ, ਲਾਈਵ ਆਕਸ਼ਨ, ਰੈਫਲ ਡਰਾ, ਬਟ ਇਹ ਫੈਮਲੀ ਇਵੈਂਟ ਆ, ਸੋ ਅਸੀਂ ਇਨਕਰੇਜ ਕਰਦੇ ਹਾਂ ਫੈਮਲੀਜ਼ ਨੂੰ, ਬੱਚਿਆਂ ਨੂੰ ਵੀ ਲੈ ਕੇ ਆਵੋ, ਉੱਥੇ ਪਾਰਟੀ ਪਰਫੈਕਟ ਵੀ ਹੋਊਗਾ ਜਿੱਥੇ ਸਾਰੇ ਐਂਟਰਟੇਨ ਕਰਨਗੇ ਬੱਚਿਆਂ ਲਈ। ਰਾਈਟ, ਹਾਂਜੀ, ਐਂਡ ਅਗੇਨ ਟੂਵਰਡਸ ਦ ਐਂਡ ਵਿਦ ਯੋਰ ਐਕਸਪੀਰੀਅੰਸ, ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਖਾਸ ਤੌਰ ਉੱਤੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਕਿ ਉਹ ਬੱਚੇ ਜਿਹਨਾਂ ਨੂੰ ਆਟਿਜ਼ਮ ਹੈਗਾ ਜਾਂ ਹੋਰ ਕੋਈ ਅਬਨੋਰਮੈਲਿਟੀਜ਼ ਜੋ ਅਸੀਂ ਕਹਿੰਦੇ ਹਾਂ ਜੋ ਉਹਨਾਂ ਨੂੰ ਕੁਝ ਵੇਖਣ ਨੂੰ ਮਿਲ ਰਹੀਆਂ ਨੇ, ਕਿਵੇਂ ਪਰਿਵਾਰ, ਕਿਵੇਂ ਪੇਰੈਂਟਸ ਜਿਹੜੇ ਨੇ ਉਸਨੂੰ ਡੀਲ ਕਰਨ ਅਤੇ ਕਿਵੇਂ ਸਮਾਜ ਜਿਹੜਾ ਹੈ ਉਹ ਆਪਣਾ ਯੋਗਦਾਨ ਪਾਵੇ? ਮੈਂ ਇਹ ਕਹਿਣਾ ਚਾਹੁੰਦੀ ਹਾਂ, ਯੂ ਨੋ, ਵੀ ਇਹ ਬਿਮਾਰੀ ਕਾਫੀ ਵਧੀ ਹੋਈ ਆ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਹਜੇ ਵੀ ਅਸੀਂ ਕਾਫੀ ਚੁੱਪ ਚਾਪ ਹੈਗੇ ਹਾਂ। ਅਸੀਂ ਕਹਿ ਦਿੰਦੇ ਹਾਂ ਵੀ ਬੱਚਾ ਸਲੋ ਆ ਜਾਂ ਬੋਲਦਾ ਨਹੀਂ, ਚੱਲ ਹੋ ਜੂਗਾ, ਚੱਲ ਬੋਲਣ ਲੱਗ ਜੂ, ਪਰ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਲੱਗੀ, ਐਟਲੀਸਟ 2 ਸਾਲ ਤੱਕ ਤੁਹਾਡਾ ਬੱਚਾ ਨਹੀਂ ਬੋਲਦਾ, ਤੁਹਾਡਾ ਬੱਚਾ ਹੋਰ ਤਰ੍ਹਾਂ ਦੇ ਬਿਹੇਵੀਅਰਸ ਕਰਦਾ, ਤੁਸੀਂ ਜ਼ਰੂਰ ਪੀਡੀਆਟ੍ਰੀਸ਼ਨ ਕੋਲ ਜਾਵੋ, ਡਾਇਗਨੋਸਿਸ ਲਓ, ਬਿਕੋਜ਼ ਇਹ ਜਿਹੜੀ ਫੰਡਿੰਗ ਆ ਇਹ 6 ਸਾਲ ਤੱਕ ਹੀ ਆ, ਫਿਰ ਉਹਨੇ ਕਾਫੀ ਘੱਟ ਜਾਂਦੀ ਆ। ਤਾਂ ਅਰਲੀ ਇੰਟਰਵੈਂਸ਼ਨ ਤਾਂ ਕੰਮ ਕਰਦੀ ਆ, ਜੇ ਤੁਸੀਂ ਅਰਲੀ ਇਹ ਕੈਚ ਕਰੋ ਤਾਂ ਤੁਸੀਂ ਇਹਨੂੰ ਟ੍ਰੀਟਮੈਂਟ ਦੇਵੋ, ਠੀਕ ਹੈ, ਟ੍ਰੀਟਮੈਂਟ ਦੇ ਨਾਲ ਕਾਫੀ ਠੀਕ ਹੋ ਜਾਂਦੇ ਨੇ ਬੱਚੇ। ਓਕੇ, ਹਾਂਜੀ, ਐਂਡ ਪਿਛਲੇ 2 ਸਾਲਾਂ 'ਚ ਕਿਹੋ ਜਿਹਾ ਰਿਸਪੋਂਸ ਰਿਹਾ ਜਿਹੜਾ ਤੁਸੀਂ ਇਹ ਪ੍ਰੋਗਰਾਮ ਕਰਦੇ ਆ ਰਹੇ ਹੋ? ਇਹ ਆਲਵੇਜ਼ ਫੁੱਲ ਇਵੈਂਟ ਹੁੰਦਾ ਆ, ਬਹੁਤ ਕਮਿਊਨਿਟੀ ਆਉਂਦੀ ਆ, ਲਾਈਕ ਦੇਰ ਇਜ਼ ਲੋਟ ਆਫ ਫੈਮਲੀਜ਼ ਵਿਦ ਆਟਿਜ਼ਮ, ਬਟ ਸਾਡੇ ਫੈਮਲੀਜ਼, ਫਰੈਂਡਸ, ਪੋਲੀਟੀਸ਼ੀਅਨਸ, ਕਮਿਊਨਿਟੀ ਦੀ ਆਰਗੇਨਾਈਜੇਸ਼ਨਸ ਵੀ ਬਹੁਤ ਆਉਂਦੀਆਂ ਨੇ, ਸੋ ਵੀਵ ਰੇਜ਼ਡ ਅ ਲੋਟ ਆਫ ਮਨੀ ਇਹ ਬੱਚਿਆਂ ਵਾਸਤੇ। ਇਹ ਜਿਹੜਾ ਇਵੈਂਟ ਅਸੀਂ ਬੱਚਿਆਂ ਨੂੰ, ਉਹਨਾਂ ਨੇ ਮਦਦ ਵੀ ਬਹੁਤ ਕੀਤੀ ਆ, ਸੋ ਇਹ ਪੈਸਿਆਂ ਦੇ ਨਾਲ ਵੀਵ ਹੈਲਪਡ ਅ ਲੋਟ ਆਫ ਫੈਮਲੀਜ਼। ਵੰਡਰਫੁਲ ਜੀ, ਐਂਡ ਇਫ ਐਨੀਬਾਡੀ ਵਾਂਟਸ ਐਨੀ ਇਨਫੋਰਮੇਸ਼ਨ ਕਿੱਥੇ ਕੰਟੈਕਟ ਕੀਤਾ ਜਾ ਸਕਦਾ? ਸੋ ਯੂ ਕੈਨ ਕੰਟੈਕਟ ਮੀ ਰਮਨ ਸਗੂ ਐਟ 604-838-0785, or my husband Bobby Sagu at 778-868-7771. And we encourage anybody, especially from the South Asian community or any community, that we still have awards nominations open till April 10th. Okay. Yeah. It was a pleasure talking to you. Thank you very much and best wishes. Thank you.